ਜੀ ਰਾਸ਼ਨ ਕਾਰਡ ਨੂੰ ਦੁਰਘਟਨਾ ਮੰਨਣ ਵਾਲੀ ਪਰਿਵਾਰਾਂ ਵੱਲ ਸੁਣਦਾ ਔਰ ਆਮ ਪਰਿਵਾਰਾਂ ਵੱਲ ਸੁਣਨ ਦੀ ਯਾਦ ਕਿੱਥੋਂ ਤੱਕ ਹੋ ਜਾਏਗੀ ਫਾਇਦਾ? ਪਿਆਰ ਮੁਹੱਬਤ ਹੋ ਜਾਏ ਸੀ, ਪਿਆਰ ਮੁਹੱਬਤ ਹੋ ਜਾਏਗਾ, ਠੀਕ ਹੋ ਗਿਆ। ਉਹ ਜੀ ਜਨਾਬ ਤੀਜਾ ਸੂਆ ਜਨਾਬ, ਮਾਂ ਜੀ ਮੈਂ 4 ਲੱਖ ਰੁਪਈਆ ਮੁੱਲਾਂ ਵਿੱਚ ਜੇ ਜਨਾਬ ਜਾਮ ਅਗਰ ਕੱਟੀ ਹੈ, ਮਾਂ ਜੀ ਵੇਖ ਲੈਂਦੀ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ। ਪੂਰੀ ਤਸੱਲੀ ਨਾਲ ਜਾਏ ਮਗਰ ਕੱਟੀ ਜਨਾਬ, ਰਵਾਨਾ ਵੇਖਣਾ ਜਨਾਬ ਭਰਾਵਾਂ ਨੇ ਮਾਝ ਦਾ ਕੰਡ ਵੇਖਣੀ ਹੈ ਜਨਾਬ, ਕੁਸ਼ਲ ਤੋਂ ਹੋਏ ਲਾ ਕੇ ਜਨਾਬ ਸਿਰ ਸਿੰਘਾਂ ਤੱਕ ਜਨਾਬ ਭਰਾਵਾਂ ਨੇ ਮਾਝ ਵੇਖ ਲੈਣੀ ਹੈ। ਵਪਾਰ ਕਰਦੇ ਹੋ? ਨਹੀਂ ਜੀ ਕਰਦੀ ਹੈ। ਕਰਦੀ ਹੈ ਵਪਾਰ? ਛਪਾਰ ਨੂੰ ਕਰਦੇ ਆ, ਠੀਕ ਹੋ ਗਿਆ। ਉਹਦੇ ਕੀ ਕੋਈ ਮੁੱਲ ਲੱਗਿਆ ਹੁਣ ਤੱਕ? ਹੁਣ ਤੱਕ ਕੀ ਕੋਈ ਮੁੱਲ? 3.5 ਲੱਗਿਆ। ਆਪਣਾ ਕੀ ਕੋਈ ਪ੍ਰੋਗਰਾਮ ਹੈ, ਕਿੱਥੋਂ ਤੱਕ ਦੇ ਜਾਣ ਦਾ? 70 ਤੋਂ ਵੱਧ ਦੇਣੀ ਹੈ। 70 ਤੋਂ ਵੱਧ ਦੇ ਦੇਣੀ, ਠੀਕ ਹੋ ਗਿਆ ਜੀ। ਸਹੀ ਜੀ, ਕਿੰਨੀਆਂ ਪੈਸਿਆਂ ਦੀ ਹੈ? ਹਾਂਜੀ ਤੇ ਮੁੱਲ ਕਰਨੇ 2,10,000। 2,10,000 ਜਾਂ ਕਿੰਨੀਆਂ ਕੁ ਤਾਰਾਂ? ਸੋ ਤਾਰਾਂ 6 ਕਿਲੋ ਹੈ। 6 ਕਿਲੋ ਸੋਆ ਕਿਤਨਾ? ਸੋਆ 3 ਜਾਂ ਤਾਂ ਕੋਈ ਸੁਣਾ ਮਗਰ ਨਹੀਂ। ਤੀਜਾ ਸੋਆ ਕਿਤਨਾ ਕੁ ਚਿਹਰਾ ਹੋ ਗਿਆ ਸੁਣਿਆ? ਦੋ ਲੱਖ ਤੇ 10,000। ਵਪਾਰ ਕਰਦੇ ਹੋ? ਕਿਹੜੀ ਜਗ੍ਹਾ ਤੋਂ ਆਇਓ? ਕਾਜ਼ੀ ਬਾਕਰ ਸਰਾਏ ਆਲਮਗੀਰ, ਠੀਕ ਹੈ। ਨੰਬਰ ਕੀ ਆਪਣਾ? 0340-0346-4984 ਜਨਾਬ ਨੰਬਰ ਵੀ ਹੈ ਕਾਜ਼ੀ ਬਾਕਰ ਸਰਾਏ ਆਲਮਗੀਰ। ਮਾਝ ਵੇਖ ਲੈਣੀ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ, ਸਿਰ ਤੋਂ ਲੱਖ ਪੈਰਾਂ ਤੱਕ ਜਨਾਬ ਭਰਾਵਾਂ ਨੇ ਮਾਝ ਵੇਖ ਲੈਣੀ। ਅੱਜ ਜਨਾਬ ਸਾਡੇ ਜਿਹੜੇ ਨਾ ਮਾਇਕ ਉਹਨਾਂ ਨੂੰ ਮਸਲਾ ਬਣੇ ਆ, ਅਤੇ ਇਸ ਗੱਲ ਵਾਸਤੇ ਨਾ ਥੋੜ੍ਹੀ ਜਿਹੀ ਜਨਾਬ ਟੈਨਸ਼ਨ ਹੈ, ਕਮੀ ਪੇਸ਼ੀ ਜਿਹੜੀ ਉਹਦੇ ਵਾਸਤੇ ਜਨਾਬ ਅਸੀਂ ਮਾਫ਼ੀ ਦੇ ਚਾਹੁੰਦੇ ਹਾਂ, ਕਿਉਂਕਿ ਮਾਇਕ ਜਿਹੜੇ ਨੇ ਉਹ ਕਨੈਕਟ ਨਹੀਂ ਹੋ ਰਹੇ ਸਹੀ ਤਰ੍ਹਾਂ। ਜੀ ਠੀਕ ਹੈ ਜਨਾਬ, ਮਿਹਰਬਾਨੀ। ਆਹ ਉਹ ਕਾ 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 ਆਹ
4,30,000 ਕਿੰਨੇ ਡੱਬੇ? 10 ਡੱਬੇ ਜਾ ਕੇ ਸੁਣਿਆ ਲੱਖ 30,000 ਰੁਪਇਆ 10 ਡੱਬੇ ਧਾਰਾ ਨੇ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ ਭਰਾਵਾਂ ਨੇ ਮੱਝ ਵੇਖ ਲੈਣੀ ਹੈ 4,30,000 ਰੁਪਇਆ ਮੁੱਲਾਂ ਵਿੱਚ ਜਨਾਬ ਜਾਇ ਮਗਰ ਕੱਟਾ ਹੈ ਜਾਇ ਜਨਾਬ ਕੱਟਾ ਕਿੰਨੇ ਡੱਬੇ ਮਾਰਦੀ ਹੈ? ਇਸ ਕੋਲ ਹੈ 8 ਕਿਸੇ 12 ਉਹਦੇ ਕੋਲ 12 ਠੀਕ ਹੈ ਪਹਿਲਾਂ ਨੇ ਨਹੀਂ ਦੂਜਾ ਨੇ ਉਹ ਵੀ ਦੂਜਾ ਨੇ ਜਨਾਬ 3,70,000 ਰੁਪਇਆ ਮੁੱਲ ਹੈ ਜਨਾਬ ਨੰਬਰ ਆਪਣਾ ਬੋਲੋ ਜੀ 0317-53-27-427 ਲਓ ਜੀ ਜਨਾਬ 3,70,000 ਰੁਪਇਆ ਜਨਾਬ ਮੁੱਲਾਂ ਵਿੱਚ ਛੋਟੀ ਪਾਣੀ ਨਾਲ ਡੱਬਾ ਭਰ ਇਹਦਾ ਵੀ 3,70 ਕਿਤਨੀਆਂ ਗੱਡਵੀਆਂ? 12 ਗੱਡਵੀਆਂ ਉਹ ਬੱਚਾ ਉਹ ਛਿੱਕੇ ਆ ਰਹਾ ਜਿਹੜਾ ਬੈਠੇ ਆ ਠੀਕ ਹੈ 12 ਡੱਬੇ 3,70,000 ਰੁਪਇਆ ਲਓ ਜੀ 12 ਡੱਬੇ ਜਨਾਬ ਧਾਰਾਂ ਨੇ 3,70,000 ਰੁਪਇਆ
ਸੂਆ ਚ ਪਹਿਲਾਂ ਨਾ ਕਿ ਦੂਜੇ ਦੂਜੇ ਸੂਏ ਦੂਜੇ ਸੂਏ ਛੋਟੇ ਠੀਕ ਹੋ ਜਨਾਬ ਸਰਾਏ ਆਲਮਗੀਰ ਦੇ ਜਨਾਬ ਨੰਬਰ ਤੁਹਾਨੂੰ ਦੱਸ ਦਿੱਤਾ ਠੀਕ ਹੋ ਗਿਆ ਇਹਨੂੰ ਇੱਥੇ ਤ੍ਰਿਜੀ ਨੂੰ ਇੱਥੇ ਬੱਜੀ ਦਾ ਹੀ ਦੱਸ ਦਿਓ ਇਹਦਾ ਬੱਜੀ ਦਾ ਹੀ ਦੱਸ ਦਿਓ ਦੋ ਚਾਲੀ ਉਹਦੇ ਕੋਲ ਕਿੰਨੇ ਡੱਬੇ ਹੁਣ ਛੇ ਛੇ ਡੱਬੇ ਜਾਨ ਨੂੰ ਛੱਡ ਕੇ ਠੀਕ ਹੋ ਗਿਆ ਲੋ ਜੀ ਜਾਨ ਨੂੰ ਛੱਡ ਕੇ ਤੇ ਛੇ ਕਿਲੋ ਧਾਰਾ ਨੇ ਕਿੰਨੇ ਕੋ ਡੱਬੇ ਮਾਰੇ ਦੀ ਅੱਠ ਦਸ ਕਿਲੋ ਅੱਛਾ ਅੱਠ ਕਿਲੋ ਹੁਣ ਜਾਨ ਨੂੰ ਛੱਡ ਕੇ ਕਿ ਸਾਰਿਆਂ ਜਾਨ ਛੱਡ ਕੇ ਅੱਠ ਕਿਲੋ ਢਾਈ ਲੱਖ ਅਤੇ ਵਪਾਰ ਕਰਦੇ ਹੋ ਜਾਂ ਘਰ ਦੀ ਲੈ ਕੇ ਆਇਓ ਘਰ ਦੀ ਲੈ ਕੇ ਆਇਓ ਵਪਾਰ ਸਪਾਰ ਨਹੀਂ ਕਰਦੇ ਮਗਰ ਕੱਟੀ ਸੂ ਪਾਣੀ ਢਾਈ ਲੱਖ ਰੁਪਇਆ ਹੁਣ ਜੇ ਫਾਈਨਲ ਕਿੱਥੋਂ ਤੱਕ ਹੋ ਜਾਏ ਪਿਆਰ ਮੁਹੱਬਤ ਪਿਆਰ ਮੁਹੱਬਤ ਨਾਲ ਕਿੱਥੋਂ ਤੱਕ ਹੋ ਜਾਏ ਢਾਈ ਮੰਗਦੇ ਹੋ ਪੇ ਕਿੱਥੋਂ ਤੱਕ ਦੇ ਦਾ ਪ੍ਰੋਗਰਾਮ ਚਾਲੀ ਫਾਈਨਲ ਹੋ ਗਿਆ ਚਾਲੀ ਤੱਕ ਫਾਈਨਲ ਹੋ ਗਿਆ ਠੀਕ ਹੋ ਗਿਆ ਸਾਹਮਣੇ ਖੰਡ ਪਾ ਕੇ ਸਾਹਮਣੇ ਫਿਲਟਰ ਦਾ ਪਾਣੀ ਲੈ ਕੇ ਆਇਆ ਬਾਬੋ ਨਾਲ ਟੱਪੋ
ਖੰਡ ਖੋਰੀ ਦਾਰੀਆਂ ਦਵਾਈਆਂ ਅੱਖਾਂ ਦੇ ਸਾਹਮਣੇ ਕੋਈ ਬੰਦਾ ਖੰਡ ਦਵਾਈਆਂ ਅੱਖਾਂ ਦੇ ਸਾਹਮਣੇ ਪਾ ਕੇ ਸ਼ਰਬਤ ਜਾਣ ਕਰਕੇ ਬੁਲਾਏ ਮੈਂ ਸ਼ਰਬਤ ਬਣਾਉਣਾ ਛੋੜ ਲੋ ਜੀ ਜਨਾਬ 2.5 ਲੱਖ ਰੁਪਇਆ ਮੁੱਲ ਕਰ ਰਹੇ ਨੇ 5 ਕਿਲੋ ਧਾਰਾਂ ਨੇ ਦੋਵੇਂ ਟਾਈਮ ਮਿਲਦੀ ਹੈ ਜਨਾਬ ਮਾਝ 5 ਕਿਲੋ ਧਾਰਾਂ ਨੇ ਮਾਝ ਕੋਲ 2.5 ਲੱਖ ਰੁਪਇਆ ਮੁੱਲ ਕਰਦੇ ਨੇ ਫਿਰ 2,20,000 ਤੱਕ ਜਨਾਬ ਦੇ ਦੇਣੀ ਹੈ ਕੱਟਾ ਜਾਏ ਮਗਰ ਉਹ ਜਨਾਬ ਪਹਾੜੇ 'ਤੇ ਮਿਲਦੀ ਹੈ ਬੰਦਾ ਜਨਾਬ ਵਪਾਰ ਨਹੀਂ ਕਰਦਾ ਇਸ ਗੱਲ ਵਾਸਤੇ ਨੰਬਰ ਲੈਣ ਦਾ ਫਾਇਦਾ ਕੋਈ ਨਹੀਂ ਪੈਸੇ ਮੰਗਦੇ ਬਿਮਾਰ ਕਰਦੇ ਹੋ ਕਿਹੜੇ ਜਗ੍ਹਾ ਤੋਂ ਆਏ ਨਜ਼ਰ ਨੰਬਰ ਕੀ ਫੋਨ ਕੋਲ ਲਿਆ ਭਾਵੇਂ ਆਈ ਫੋਨ ਪਾਇਆ ਸ਼ਰਬਤ ਪੀਤਿਆ ਲੁਤਫ ਆਉਂਦਾ ਅੱਲਾ ਜਾਣਦਾ ਕੋਈ ਰੰਗ ਰੋਗਨ ਵਾਲਾ ਸੂਆ ਪਤੀਆ ਦਾ ਰੰਗ ਨਹੀਂ ਤੇਰੇ ਕੋਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹ ਵੀ ਕਨੈਕਟ ਹੋ ਜਾਣ ਮਾਈਕ ਵਾਲਾ ਲਵਾਏ ਨਹੀਂ ਜਾਣ ਤੇ ਤੇ ਅੱਲਾ ਦੀ ਮਿਹਰਬਾਨੀ ਨਾਲ ਸ਼ਰਬਤ ਇੱਕ ਨੰਬਰ ਪਲਾਨਾ ਪਿਆ ਭਰਾਵਾਂ ਵੀਰਾਂ ਨੂੰ ਪਹਿਲੇ ਸ਼ਰਬਤ ਪੀਣਾ ਫਿਰ ਪੈਸੇ ਦੇਣੇ ਨੇ ਇਹ ਸ਼ਰਬਤ ਪੀ ਲੋ ਜੀ ਇਹਨਾਂ ਦੇ ਜਾਨੀ ਤਾਂ ਲੈ ਗਏ ਚਾਚਾ ਜੀ ਨਾਲ ਵੀ ਆਸੇ ਜਿਹੜੇ ਨਹੀਂ ਲੱਗਦਾ ਯਾਰ ਮੁਹੰਮਦ ਦੇ ਚਾਹੀਏ ਤੇਰੇ ਪਾਸੇ ਅੱਗੇ ਆਓ ਕਿਤਨੇ ਪੈਸਿਆਂ ਦੀ ਹੈ ਕਿਤਨੇ ਕੁ ਡੱਬੇ ਮਾਰਦੇ 11 ਕਿਲੋ 11 ਕਿਲੋ ਜਾ ਮਗਰ ਕੱਟੀ ਸੁਣ ਕੱਟੀ ਦੋ ਹੋ ਗਈਆਂ ਹੋਈਆਂ 3.5 ਤੇ ਵਪਾਰ ਕਰਦੇ ਹੋ ਨਾ ਕਿਹੜੀ ਜਗ੍ਹਾ ਤੋਂ ਆਇਓ ਪਿੰਡ ਖਰਗ ਨਾਲ ਡੋਗਾ ਤਿਆਰ ਠੀਕ ਹੋ ਗਿਆ ਤੇ ਨੰਬਰ ਕੀ ਆਪਣਾ 0305 88 12 617 ਠੀਕ ਹੋ ਗਿਆ ਲੋ ਜੀ ਜਨਾਬ 11 ਕਿਲੋ ਧਾਰਾਂ ਨੇ ਜਨਾਬ ਛੋਟੀ ਕੋਲ 3.5 ਲੱਖ ਰੁਪਈਆ ਜਨਾਬ ਮੁੱਲਾਂ ਵਿੱਚ ਸਤਿ ਸ਼੍ਰੀ ਅਕਾਲ।
ਮੱਝ ਝੋਟੀ ਦੀਆਂ ਭਰਾਵਾਂ ਨੇ ਪੂਰੀ ਤਸੱਲੀ ਨਾਲ ਵੇਖ ਲੈਣੀ ਸਿਰ ਤੋਂ ਲਾ ਕੇ ਪੈਰਾਂ ਤੱਕ ਠੀਕ ਹੋ ਗਿਆ ਠੀਕ ਹੈ ਜਨਾਬ ਮਿਹਰਬਾਨੀ ਤਲਵਾਰ ਠੀਕ ਹੋ ਗਿਆ ਹਾਂ ਜੀ ਮਾਸ਼ਾ ਅੱਲਾ ਜਨਾਬ ਸਾਹਮਣੇ ਕਰ ਜਾ ਸਾਹਮਣੇ ਕਰ ਰਹਿਣਾ ਸਾਹਮਣੇ ਕਰ ਹਾਂ ਜੀ ਕੀ ਹਾਲ ਹੈ ਠੀਕ ਹੋ ਕੀ ਹਾਲ ਹੈ ਜੀ ਠੀਕ ਹੋ ਕਿੰਨੀਆਂ ਪੈਸਿਆਂ ਦੀ ਹੈ ਇਹਦਾ ਮੁੱਲ ਸਾਢੇ ਤਰੇ ਕਰਨੇ ਆ ਤਰੇ ਦੀ ਦੇ ਛੋੜਾ ਤਰੇ ਦੀ ਦੇ ਦੇਣੀ ਕਿੰਨੇ ਡੱਬੇ ਮਾਰਦੀ ਹੈ ਕਿੰਨੇ ਡੱਬੇ ਮਾਰਦੀ ਹੈ ਐਸ ਦੁੱਧ ਸਾਰਾ 10 10 ਸਿਰ ਜਾ ਮਗਰ ਕੱਟਾ ਕੱਟੀ ਕੱਟਾ ਕੱਟਾ ਦੇ ਜਾ ਕੱਟਾ ਦੇ ਕੱਟਾ ਕੱਟਾ ਸਾਡੇ ਤਰੇ ਦੀ ਦੇ ਦੇਣੀ ਹੈ ਠੀਕ ਹੋ ਗਿਆ ਤੇ ਆਪਣਾ ਨੰਬਰ ਆਪਣਾ ਬੋਲ ਦਿਓ ਨੰਬਰ ਬੋਲਿਓ ਜੀ 03-4752-00560 ਇੱਕ ਵਾਰੀ ਫਿਰ 03-4752-00560 ਇਹ ਜੀ ਬਣਾ ਲਓ ਮਿੰਨੀ ਮਾਝ ਜਨਾਬ ਦੇਖੋ ਨਿੱਕੇ ਨਿੱਕੇ ਤਾਰ ਦੁੱਧ ਹੈ 8 ਕਿਲੋ 8 ਕਿਲੋ ਕਾਲ ਦਰਿਆ ਦੀ ਮੈਂ ਨਾਲ ਵੀਡੀਓ ਬਣਾ ਬਾਬੇ ਬਾਬੇ ਦਾ ਜਨਾਬ ਮਾਈ ਦੇ ਨਾਲ ਖਲੋਤੇ ਆ ਪੂਰੀ ਤਸੱਲੀ ਨਾਲ ਜਨਾਬ ਵੀਡੀਓ ਬਣਾ ਮਾਈ ਦੇ ਸਿਰ ਤੋਂ ਲਾ ਕੇ ਪੈਰਾਂ ਤੱਕ ਜਨਾਬ ਨੂੰ ਬਣਾ ਬਹਾਨਾ ਦਿਖਾਓ ਜਨਾਬ ਭਰਾਵਾਂ ਨੂੰ ਮਾਈ ਦਾ ਮੈਂ ਉਹ ਤਾਂ ਨਹੀਂ ਯਾਰ ਦਿਲ ਨਾ ਬਣਾਉਂਦੇ ਉਹਦੀ ਝੋਟੀ ਮਹਿੰਗੀ ਹੈ ਤੁਹਾਡੀ ਤਾਂ ਸਸਤੀ ਹੈ ਨਾ ਤਾਂ ਤੁਸੀਂ ਬਣਵਾਉਂਦੇ ਹੋ ਕਿਉਂ ਜੀ
ਹਾਂ ਵਾਹ ਬਿਲਕੁਲ ਹੋਈ ਨਾ ਜੀ ਵਪਾਰੀ ਤੇ ਹੈ ਜੀ ਵਪਾਰੀ ਨੀ ਵਪਾਰ ਠੀਕ ਹੋ ਗਿਆ ਲੋ ਜੀ ਜਨਾਬ 3,70,000 ਰੁਪਇਆ ਜਨਾਬ ਮੁੱਲਾਂ ਵਿੱਚ ਸੋਹਣਾ ਲਿਬਾਸ ਹੈ ਜੀ ਛੋਟੀ ਕੋਲ ਇਹ ਗੱਲ ਪਹਿਲੇ ਸੂਏ ਦੇ ਵਿੱਚ ਲਿਬਾਸ ਇਹੋ ਜਿਹਾ ਜਨਾਬ ਹੋਵੇ 10 ਕਿਲੋ ਤਾਰਾਂ ਵੀ ਆਉਣ ਸੋਹਣਾ ਲਿਬਾਸ ਹੈ ਜਨਾਬ ਜੀ ਠੀਕ ਹੈ ਜਨਾਬ ਮਿਹਰਬਾਨੀ ਮਿਹਰਬਾਨੀ ਨਾਲ ਕੈਸਾ ਸੋਹਣਾ ਸ਼ਰਬਤ ਤਿਆਰ ਕਰਕੇ ਬਣਾਉਣਾ ਪਿਆ ਸ਼ਰਬਤ ਇੱਕ ਨੰਬਰ ਵਪਾਰ ਕਰਦੇ ਹੋ ਕਿਹੜੀ ਜਗ੍ਹਾ ਤੋਂ ਆਏ ਹੋ ਕੋਟਲਾ ਭਿੰਬਰ ਕੋਟਲਾ ਰਬਲੀ ਹਾਂ ਉਹ ਨਾ ਅੱਛਾ ਕੋਟਲਾ ਰਬਲੀ ਹਾਂ ਉਹਨੇ ਕੋਟਲਾ ਭਿੰਬਰ ਦੀ ਆਵਾਜ਼ ਠੀਕ ਹੋ ਗਿਆ ਖਰੇ ਕੰਮ ਕਰੋ ਰੋਗ ਨਾਲ ਕੰਮ ਕਰੋ
ਉਹ ਜੀ ਉਹਨਾਂ ਦਾ ਸੌਦਾ ਹੁੰਦਾ ਪਿਆ 2,35,000 ਮੰਗਦੇ ਨੇ ਅਤੇ ਉਹਨਾਂ ਨੇ 1,80,000 ਵੀ ਆਖਿਆ। ਆਓ ਚੰਡੇ ਪਾਣੀ ਵਾਲੇ ਸਾਦੇ ਚੰਡੇ ਬਹੁਤ ਜੀ ਜਨਾਬ ਵੀਡੀਓ ਜਿਹੜੀ ਉਹ ਜਨਾਬ ਔਖੀਆਂ ਸੌਖੀਆਂ ਹੋ ਕੇ ਬਣਾਈਏ ਅਤੇ ਇੱਕ ਵਾਰੀ ਫਿਰ ਜਨਾਬ ਭਰਾਵਾਂ ਅੱਗੇ ਮਾਜ਼ਰਤ ਚਾਹੁੰਦੇ ਹਾਂ ਕਿਉਂਕਿ ਅੱਜ ਮਾਈਕ ਨਾ ਕਨੈਕਟ ਹੋਣ ਦੀ ਵਜ੍ਹਾ ਤੋਂ ਕਾਫੀ ਡਿਸਟਰਬ ਹੋਏ ਹਾਂ। ਭਰਾਵਾਂ ਨੂੰ ਵੀ ਕਈਆਂ ਜਗ੍ਹਾ 'ਤੇ ਜਿਹੜਾ ਉਹ ਜਨਾਬ ਕੋਈ ਪਰੇਸ਼ਾਨੀ ਦਾ ਸਬੱਬ ਬਣਿਆ ਹੋਵੇ ਤਾਂ ਫੋਨ ਨੰਬਰ ਵਿੱਚ ਰੇਟ ਵਿੱਚ ਪੁੱਛਣ ਵਿੱਚ ਦੱਸਣ ਵਿੱਚ ਅਤੇ ਉਹਦੇ ਵਾਸਤੇ ਜਨਾਬ ਅਸੀਂ ਭਰਾਵਾਂ ਕੋਲ ਮਾਜ਼ਰਤ ਚਾਹੁੰਦੇ ਹਾਂ। ਚਲੋ ਬਾਕੀ ਕਦੇ ਨਾ ਕਦੇ 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 ਫਿਰ ਇਸ ਤਰ੍ਹਾਂ ਹੋ ਹੀ ਜਾਂਦਾ, ਕਮੀ ਪੇਸ਼ੀ ਹੋ ਹੀ ਜਾਂਦੀ ਹੈ। ਇਹਦੇ ਨਾਲ ਹੀ ਜਨਾਬ ਅਸੀਂ ਇਜਾਜ਼ਤ ਚਾਹੁੰਦੇ ਹਾਂ, ਦੁਆਵਾਂ ਵਿੱਚ ਯਾਦ ਰੱਖਿਓ। ਫੀ ਮਾਨੁੱਲਾ।